ਅੱਜ ਦੀ ਵੀਡੀਓ ਜਿਹੜੀ ਅਸੀਂ ਦੋਸਤਾਂ ਨੂੰ ਮਤਲਬ ਵਿਖਾ ਰਹੇ ਹਾਂ ਪਿੰਡ ਮੱਧੋਗੋਲ ਦੀ 47 ਵੰਡ ਵੇਲਿਆਂ ਤੋਂ ਪਹਿਲਾਂ ਦਾ ਜਿਹੜਾ ਪਿੰਡ ਸੀ ਉਹਨਾਂ ਦਾ ਸਿੱਖ ਸਰਦਾਰ ਬਰਾਦਰੀ ਹਿੰਦੂ ਖੱਤਰੀ ਬਰਾਦਰੀ ਜਿਹੜੇ ਕਿ ਇਸ ਪਿੰਡ ਦੇ ਵਿੱਚ ਰਹਿੰਦੇ ਰਹੇ ਨੇ ਉਹਨਾਂ ਦਾ ਮੈਂ ਪਿੰਡ ਜਿਹੜਾ ਵੀਡੀਓ ਦੇ ਰਾਹੀਂ ਉਹਨਾਂ ਨੂੰ ਵਿਖਾ ਰਿਹਾ ਅਤੇ ਵੀਡੀਓ ਵੇਖ ਕੇ ਦੋਸਤੋ ਜ਼ਿਆਦਾ ਤੋਂ ਜ਼ਿਆਦਾ ਜਿਹੜੀ ਹੈ ਉਹ ਸ਼ੇਅਰ ਕਰਿਆ ਕਰੋ ਅਤੇ ਤਾਂ ਕਿ ਜਿਹੜੇ ਸਿੱਖ ਸਰਦਾਰ ਇੱਥੇ ਛੱਡ ਕੇ ਉਹ ਆਪਣਾ ਪਿੰਡ ਵੇਖ ਸਕਣ। ਐ ਨੇ ਉਹ ਪਿੰਡ ਮੱਧੋਗੋਲ ਦੀਆਂ ਗਲੀਆਂ ਮੁਹੱਲੇ ਜਿੱਥੇ ਚੜ੍ਹਦੇ ਪੰਜਾਬ 'ਚ ਰਹਿਣ ਵਾਲੇ ਸਿੱਖ ਸਰਦਾਰ ਆਪਣੇ ਗਲੀਆਂ ਮੁਹੱਲੇ ਛੱਡ ਕੇ ਗਏ। ਇਹਨਾਂ ਗਲੀਆਂ 'ਚੋਂ ਦੀ ਕਦੀ ਉਹ ਲੰਘਦੇ ਹੁੰਦੇ ਸਨ 47 ਵੰਡ ਵੇਲਿਆਂ ਤੋਂ ਪਹਿਲਾਂ, ਔਰ ਖੇਤੀਬਾੜੀ ਵੀ ਕਰਦੇ ਰਹੇ ਨੇ। ਅਸੀਂ ਵੱਸਦੇ ਸਾਂ ਚੰਗੇ ਰਹਾਂਗੇ ਤੇ ਵੱਸਦੇ ਅੱਗੇ ਵੱਸਦੇ ਰਹੇ ਸਾਂ ਅਸੀਂ ਹੁਣ ਵੀ ਤੇ ਇਕੱਠੇ ਹੋ ਜਾਈਏ ਇੱਕ ਥਾਂ, ਠੀਕ ਹੈ, ਤੇ ਆਪਣਾ ਪਿੰਡ ਸਾਡਾ ਤਬਾਹ ਨਾ ਹੋਵੇ, ਸਾਡੇ ਮਰੀਆਂ ਨਾ ਹੜ੍ਹ ਦੇ ਵਿੱਚ ਹੈ। ਹਾਂਜੀ, ਇੱਥੇ ਹਾਂਜੀ ਸਾਡੇ ਪਿੰਡ ਸਾਡੇ ਪਿੰਡ ਸਨ ਭਾਰ ਦੇ ਦਿੱਲੀ ਆ ਸਨ। ਹਾਂਜੀ, ਪਤਾ ਨਹੀਂ ਕਿੱਥੋਂ ਕਿੱਥੇ ਸਿੱਖ ਤਕਰੀਬਨ 10,000 ਇਕੱਠਾ ਹੋ ਗਿਆ ਜੀ। ਠੀਕ ਹੈ, ਪਿੰਡ ਵਿੱਚੋਂ ਨਹੀਂ ਲੰਘਦੇ ਤਾਂ ਜਾਗਦਾਰ ਨੇ, ਬਾਰ ਬਾਰ ਜਾਗਦੇ ਉਹ ਬਾਗ ਸੀ ਉਹ ਦੇਖ ਜਾ ਰਹੇ ਹਾਂ। ਅੱਛਾ, ਜਦੋਂ ਵੰਡਾਂ ਪੈਣ ਲੱਗੀਆਂ, ਜਦੋਂ ਵੰਡਾਂ ਪੈਣ ਤੋਂ ਗੇਤਰੇ ਗੇਤਰੇ ਕਿਸੇ ਵੰਡੇ ਆ ਦੋਸਤੋ, ਮੈਂ ਤੁਹਾਡਾ ਵੀਰ ਸ਼ਾਨ ਗੁੱਜਰ ਯੂਟਿਊਬ ਚੈਨਲ ਦੇਖ ਰਹੇ ਹੋ ਨਰਵਲ ਪੰਜਾਬ। ਅੱਜ ਦੀ ਵੀਡੀਓ ਜਿਹੜੀ 47 ਵੰਡ ਵੇਲਿਆਂ ਦੇ ਹਵਾਲੇ ਦੇ ਨਾਲ ਅਸੀਂ ਪਿੰਡ ਪਹੁੰਚੇ ਹਾਂ ਮੱਧੋਗੋਲ। ਇਸ ਪਿੰਡ ਨੂੰ ਤਹਿਸੀਲ ਲੱਗਦੀ ਛਗੜਗੜ੍ਹ ਜ਼ਿਲ੍ਹਾ ਨਰਵਲ। ਇਹਨਾਂ ਬਜ਼ੁਰਗਾਂ ਦੇ ਨਾਲ ਅਸੀਂ ਗੱਲਬਾਤ ਸਾਂਝੀ ਕਰਨੇ ਹਾਂ ਔਰ ਇਹਨਾਂ ਨੂੰ ਪੁੱਛਣੇ ਹਾਂ ਇਸ ਪਿੰਡ ਦੇ ਵਿੱਚ ਮੱਧੋਗੋਲ ਦੇ ਵਿੱਚ ਕਿਹੜੀ ਕਿਹੜੀ ਵੰਡ ਵੇਲਿਆਂ ਤੋਂ ਪਹਿਲਾਂ ਬਰਾਦਰੀ ਰਹਿੰਦੀ ਸੀ, ਔਰ ਇਹਨਾਂ ਨੂੰ ਇਹ ਵੀ ਗੱਲ ਪੁੱਛਾਂਗੇ ਕਿ ਤਹਿਸੀਲ ਤੋਂ ਵੰਡ ਵੇਲਿਆਂ ਤੋਂ ਪਹਿਲਾਂ ਇਹਦਾ ਤਹਿਸੀਲ ਜ਼ਿਲ੍ਹਾ ਕੀ ਸੀ। ਅਤੇ ਬਹੁਤ ਹੀ ਬਹੁਤਾ ਟਾਈਮ ਨਾ ਲੈਂਦੇ ਹੋਏ ਬਜ਼ੁਰਗਾਂ ਦੇ ਨਾਲ ਗੱਲ ਸ਼ੁਰੂ ਕਰਨੇ। ਅਸਲਾਮ ਵਾਲੇਕਮ ਜੀ। ਵਾਲੇਕਮ ਸਲਾਮ ਜੀ। ਬਾਬਾ ਜੀ ਕੀ ਹਾਲ ਜੀ? ਅਲਹਮਦੁਲਿਲਾ ਜੀ। ਬਾਬਾ ਜੀ ਨਾਮ ਦੱਸ ਦਿਓ ਆਪਣਾ ਕੀ ਹੈ? ਮੇਰਾ ਨਾਮ ਅਬਦੁਲ ਸਾਰ ਜੀ। ਅਬਦੁਲ ਸਾਰ। ਅਤੇ ਅੱਬਾ ਜਾਨ ਦਾ? ਅਲਾ ਬਖਸ਼। ਅਤੇ ਦਾਦੇ ਦਾ? ਮੇਰ ਦੇਮ। ਠੀਕ ਹੈ। ਅੱਛਾ ਬਾਬਾ ਜੀ, ਇਹ ਪਿੰਡ ਕਿਹੜਾ ਜਿੱਥੇ ਅਸੀਂ ਬੈਠੇ ਹਾਂ? ਇਹ ਮੱਧੋਗੋਲ ਆ ਜੀ। ਮੱਧੋਗੋਲ ਪਿੰਡ, ਠੀਕ ਹੈ। ਅੱਛਾ, ਬਰਾਦਰੀ ਕਿਹੜੀ ਹੈ ਆਪਣੀ ਬਾਬਾ ਜੀ? ਅਸੀਂ ਮੁਗਲ ਹਾਂ ਜੀ। ਅੱਛਾ ਬਾਬੇ ਜੀ, ਇਹ ਦੱਸੋ ਬਛਿੰਦੇ ਹੋ ਕਿ ਜਾਂ ਮਾਜਰ ਹੋ? ਨਹੀਂ ਜੀ, ਅਸੀਂ ਬਛਿੰਦੇ ਹਾਂ। ਬਛਿੰਦੇ ਹੋ, ਤੇ ਮਾਸ਼ਾਅੱਲਾ ਉਮਰ ਕਿੰਨੀ ਹੋ ਗਈ ਬਾਬਾ ਜੀ? ਉਮਰ ਮੇਰੀ ਤਕਰੀਬਨ 100 ਸਾਲ ਦੇ ਕਰੀਬ ਹੋ ਗਈ। ਬਾਬੇ ਉਹ ਅਸੀਂ ਅੱਜ ਤੁਹਾਡੇ ਨਾਲ ਗੱਲਾਂ ਕਰਨ ਆਏ ਹਾਂ ਪਿਆਰ ਦੀਆਂ ਸਾਂਝਾਂ ਦੀਆਂ। ਅਲਹਮਦੁਲਿਲਾ ਕਰੋ। ਹਾਂਜੀ, ਗੱਲਾਂ ਕੁਛ ਇਸ ਤਰ੍ਹਾਂ ਦੀਆਂ ਕਰਾਂਗੇ ਤੁਹਾਡੇ ਨਾਲ, 47 ਵੰਡ ਵੇਲਿਆਂ ਤੋਂ ਪਹਿਲਾਂ ਜਿਹੜੇ ਪਿਆਰ ਸਨ ਤੁਹਾਡੇ, ਕਿੰਨੀਆਂ ਵੀ ਬਰਾਦਰੀਆਂ ਇਸ ਪਿੰਡ ਦੇ ਵਿੱਚ ਰਹਿੰਦੀਆਂ, ਉਸ ਪਿਆਰ ਦੀਆਂ ਗੱਲਾਂ ਕਰਾਂਗੇ, ਫਿਰ ਸਾਂਝਾਂ ਦੀਆਂ, ਫਿਰ ਵਿਛੋੜਿਆਂ ਦੀਆਂ, ਵਿਛੋੜੇ ਕਿਸ ਤਰ੍ਹਾਂ ਪਏ, ਇਹ ਸਾਰੀ ਗੱਲਬਾਤ ਅਸੀਂ ਤੁਹਾਡੇ ਨਾਲ ਕਰਾਂਗੇ। ਅਤੇ ਇਸ ਪਿੰਡ ਦੇ ਵਿੱਚ ਬਾਬਾ ਜੀ ਬਰਾਦਰੀ ਕਿਹੜੀ ਕਿਹੜੀ ਰਹਿੰਦੀ ਰਹੀ ਹੈ? ਇੱਥੇ ਸਿੱਖ ਸਨ, ਹਾਂਜੀ, ਮੁਸਲਮਾਨ ਸਨ, ਹਾਂਜੀ, ਉਹ ਭਾਵੇਂ ਘਮਿਆਰ ਸਨ, ਹਿੰਦੂ ਕਰਾੜ ਸਨ, ਬ੍ਰਾਹਮਣ ਸਨ। ਠੀਕ ਹੈ, ਐਸਾ। ਅੱਛਾ, ਅਤੇ ਮੁਸਲਮਾਨ ਕਿੰਨੇ ਕੁ ਘਰ ਸਨ? ਮੁਸਲਮਾਨਾਂ ਦੇ ਘਰ ਬਾਵਾ ਸੰਗਤ 35-40 ਘਰ ਹੋਣਗੇ ਮੁਸਲਮਾਨ ਦੇ। ਅਤੇ ਸਿੱਖ ਸਰਦਾਰਾਂ ਦੇ? ਸਿੱਖ ਦੇ ਘਰ ਸਮਝ ਪਿੰਡ ਹੀ ਸਿੱਖਾਂ ਦਾ ਹੀ ਜ਼ਿਆਦਾ ਸਿੱਖ ਸਨ। ਠੀਕ ਹੋ ਗਿਆ, ਮੁਸਲਮਾਨਾਂ ਦੇ। ਸਹੀ ਹੈ। ਇਹ ਬਾਬਾ ਜੀ ਇਸ ਪਿੰਡ ਦੇ ਚਾਰ ਚੁਫੇਰੇ ਪੰਜਾਂ ਚੌਂ ਪਿੰਡਾਂ ਦੇ ਨਾਂ ਲਓ। ਹਾਂ, ਸਾਡੇ ਪਿੰਡ ਦੇ ਲਾਗੇ ਆ ਮੱਧੋ ਸੀ, ਹਾਂਜੀ, ਪਰੇ ਆਦਾ ਜੀ, ਸੱਜਣਪੁਰ ਆਪਣੇ ਡੇਰਾ, ਉਹ ਨਾਲ ਪਰੇ ਗੁੱਜਰ, ਇੱਧਰ ਨੂੰ ਆਸ ਪਾਸੇ ਵੱਲ ਕੂਲੀਆਂ, ਤੇ ਆਹ ਮੁੰਡੀ ਖੇਲ ਹੈ। ਠੀਕ ਹੋ ਗਿਆ। ਲੰਘਾਂ ਪੰਜ ਪੰਜ ਸੱਤ ਨਾਵੇਂ ਇਹ ਸਨ। ਠੀਕ ਹੈ। ਤੇ ਆਹ ਅੱਗੇ ਸਿੱਖਾਂ ਦੇ ਪਿੰਡ ਸਨ ਕੋਲੀ ਤੇ ਮੰਡਿਆਲੀ ਜੀ, ਇਹ ਸਿੱਖਾਂ ਦੇ ਪਿੰਡ, ਅੱਗੇ ਵੀ ਮੰਡਿਆਲੀ ਸੀ ਇਹਨਾਂ ਦੇ ਪਿੰਡ ਸਿੱਖਾਂ ਦੇ। ਸਹੀ। ਅੱਛਾ, ਸਹੀ ਹੈ।
ਬਾਬਾ ਜੀ ਇਸ ਪਿੰਡ ਦੇ ਵਿੱਚ ਉਸ ਵਕਤ ਚ ਜੈਲਦਾਰ ਕੌਣ ਸੀ? ਜੈਲਦਾਰ ਰਘਬੀਰ ਸਿੰਘ ਸੀ ਉਹਦਾ ਨਾਮ। ਰਘਬੀਰ ਸਿੰਘ ਸਿੱਖ ਬਰਾਦਰੀ ਨਾਲ ਤਲਕ ਰੱਖਦੇ ਸੀ? ਗਰਾਇਆ ਸੀ ਸਿੱਖ। ਗਰਾਇਆ? ਹਾਂਜੀ ਠੀਕ ਹੈ। ਤੇ ਲੰਬੜਦਾਰ? ਲੰਬੜਦਾਰ ਇੱਕ ਤੇ ਉਹਦਾ ਭਤੀਜਾ ਸੀ। ਹਾਂਜੀ। ਇੱਕ ਕਿਸ਼ਨ ਸਿੰਘ ਲੰਬੜਦਾਰ ਸੀ, ਇੱਕ ਸੀ ਪੂਰਨ ਸਿੰਘ ਲੰਬੜਦਾਰ। ਠੀਕ ਹੈ। ਬਾਬਾ ਜੀ ਹਿੰਦੂ ਔਰ ਖੱਤਰੀਆਂ ਦੇ ਕਿੰਨੇ ਕੁ ਘਰ ਹਨ? ਹਿੰਦੂ ਹੁਣ ਖੱਤਰੀਆਂ ਦੇ ਘਰ ਤਕਰੀਬਨ 8-10 ਹੈ। ਅੱਛਾ, ਉਹ ਹਿੰਦੂ ਔਰ ਖੱਤਰੀਆਂ ਦਾ ਕਾਰੋਬਾਰ ਕੀ ਸੀ? ਹਿੰਦੂ ਖੱਤਰੀਆਂ ਦਾ ਕਾਰੋਬਾਰ ਤਜਾਰਤ ਦਾ ਕਾਰੋਬਾਰ। ਤਜਾਰਤ ਦਾ ਮਤਲਬ ਕਿਹੜਾ? ਦੁਕਾਨਾਂ ਪਾਈਆਂ ਕਰੀ ਜਾਂਦੇ ਜੋ ਹੁੰਦਾ ਸੀ। ਠੀਕ ਹੋ ਗਏ। ਅੱਛਾ ਬਾਬਾ ਜੀ, ਇਹ ਜਿਹੜੇ ਇਸ ਪਿੰਡ ਦੇ ਵਿੱਚ ਸਰਦਾਰ ਰਹਿੰਦੇ ਰਹੇ ਨੇ, ਉਹਨਾਂ ਦਾ ਕੋਈ ਨਾਂ ਦੱਸੋ। ਹਾਂ, ਉਹ ਜਿਹੜੇ ਸਿੱਖ ਸਰਦਾਰ ਹਨ ਉਹ ਕਿਹੜੀ ਕਿਹੜੀ ਬਰਾਦਰੀ ਦੇ ਹਨ? ਇੱਕ ਤੇ ਤੁਸੀਂ ਦੱਸਿਆ ਜੀ ਗਰਾਇਆਂ ਦਾ ਪਿੰਡ। ਗਰਾਇਆਂ ਦਾ ਪਿੰਡ ਹੀ? ਸਹੀ ਹੈ। ਅੱਛਾ ਬਾਬਾ ਜੀ, ਉਹਨਾਂ ਲੋਕਾਂ ਦਾ ਤੁਹਾਡੇ ਨਾਲ ਰਹਿਣ ਸਹਿਣ ਬਹਿਣ ਕੈਸਾ ਸੀ? ਰਹਿਣ ਸਹਿਣ ਦਾ ਜੀ ਬਹੁਤ ਅੱਛਾ ਤਰੀਕਾ ਸੀ। ਹਾਂਜੀ, ਬਹੁਤ ਹੀ ਅੱਛਾ ਸੀ। ਹਾਂਜੀ, ਇਸੋ ਤੱਕ ਹੀ ਗੱਲ ਹੈ। ਉਸ ਵਕਤ ਕਿਸੇ ਦੀ ਜੰਦ ਜੂੰ ਜਾਣੀ ਕਿਸੇ ਦੀ ਵੀ। ਹਾਂਜੀ, ਲੋਕੀ ਸਾਰਾ ਸਾਰਾ ਦੁੱਧ ਚੋ ਕੇ ਤੇ ਉਹਦੇ ਘਰ ਕਾਲਜੇ ਜੇ ਬੰਦੇ ਉਹਨਾਂ ਨੂੰ ਜਮਾ ਕਰਕੇ ਲਾ ਦੇ, ਦਾਦਾ 15-15 ਗਾਗਰਾ ਦਾ ਮੱਠ ਤੋਂ ਇਕੱਠੇ ਕਰ ਲਏ ਗਾਗਰਾ। ਵਾਹ ਜੀ ਵਾਹ। ਅੱਛਾ ਬਾਬਾ ਜੀ, ਉਹਨਾਂ ਲੋਕਾਂ ਦੀ ਯਾਦ ਆਈ ਹੁਣ ਕਦੀ ਕਿ ਨਹੀਂ? ਯਾਦ ਤੇ ਖਾਦੀ ਆਉਂਦੀ ਹੁੰਦੀ ਹੁੰਦੀ ਹੈ। ਸਾਡੇ ਸਿੱਖ ਸਾਡੇ ਪਿੰਡ ਮਿਲ ਵੀ ਆਇਆ ਸੀ ਇੱਥੇ ਪੂਰਨ ਸਿੰਘ ਜੀ, ਉਹ ਬੈਠਾ ਤਾ ਹੁਸ਼ਿਆਰਪੁਰ ਦੇ ਜ਼ਿਲ੍ਹੇ ਵਿੱਚ ਲਾ ਕੇ ਆਬਾਦੀ ਉੱਥੇ ਬੈਠਾ ਤਾ। ਠੀਕ ਹੈ। ਹੁਣ ਹੋਤ ਹੋ ਗਿਆ ਸੀ, ਜਾਣ ਗਿਆ ਸੀ। ਸਹੀ ਹੈ। ਕਿੰਨੀ ਕੁ ਦੇਰ ਹੋ ਗਈ ਆਏ ਨੂੰ? ਉਹਨੂੰ ਤਕਰੀਬਨ 15-16 ਸਾਲ ਹੋ ਗਏ ਆਏ ਨੂੰ। ਤੇ ਹੁਣ ਇਹਦਾ ਮਤਲਬ ਫੌਤ ਹੋ ਗਿਆ? ਫੌਤ ਹੋ ਗਿਆ। ਉਹਨਾਂ ਆਉਂਦਾ ਸਾਡਾ ਕਾਰੋਬਾਰ ਹੈ ਉੱਥੋਂ ਹੁਸ਼ਿਆਰਪੁਰੋਂ ਤੁਰ ਕੇ ਨਾ, ਅਤੇ ਪਟਿਆਲੇ ਦਾ ਸਾਡੀ ਸਰਵਿਸ ਚੱਲਦੀ ਹੈ ਬਸ। ਸਹੀ ਹੈ। ਪਿੰਡ ਵਿੱਚ ਨਹੀਂ ਲੰਘਾ ਦਿੱਤਾ ਜਾਲਦਾਰ ਨੇ, ਬਾਰ ਬਾਰ ਜਾ ਕੇ ਉਹ ਬਾਗ ਸੀ ਉਹ ਦੇਖ ਜਾ ਰਹੇ। ਅੱਛਾ, ਜਦੋਂ ਵੰਡਾਂ ਪੈਣ ਲੱਗੀਆਂ? ਜਦੋਂ ਵੰਡਾਂ ਪੈਣ ਤੋਂ ਗੇਤਰੇ ਹਾੜ ਦੇ ਵਿੱਚ, ਉਦੋਂ ਮਹੀਨਾ ਵੇਖ ਲਓ ਕਿਹੜਾ ਹੁੰਦਾ ਹੈ ਮੇਰਾ। ਉਦੋਂ ਇਕੱਠੇ ਹੋ ਗਏ ਹੁੰਦੇ, ਇੱਧਰੋਂ ਜਾਣ ਲੱਗੇ ਵੀ ਉੱਥੇ ਇਕੱਠੇ ਹੋ ਕੇ, ਪਿੰਡ 'ਚ ਨਹੀਂ ਵੰਡਦਾ ਕੋਈ ਵੀ, ਉੱਥੇ ਪਾਣ ਹੀ ਪਾਣੀ ਪਿਆ ਰਿਹਾ ਲੋਕਾਂ ਨੂੰ, ਉੱਥੇ ਹੀ ਉਹਨਾਂ ਨੇ ਆ ਕੇ ਵੀ ਜਾਓ ਇੱਥੇ। ਠੀਕ ਹੈ। ਅਤੇ ਮੁੜ ਕੇ ਅਗਲੇ ਦਿਨ ਇਸ ਪਿੰਡੋਂ ਵੀ ਸਾਰੇ ਲਾਗੇ ਲਾਗੇ ਪਿੰਡ 'ਚ ਨਹੀਂ ਹਲਣਾ, ਦੋ ਦੋ ਚਾਰ ਚਾਰ ਪੰਜ ਪੰਜ ਦਸ ਦਸ ਬੰਦੇ ਸਲਾਹ ਕਰਨਾ ਇਕੱਠੇ ਹੋ ਕੇ ਇੱਥੇ ਆ ਕੇ ਫਿਰ ਅਮਨ ਕਮੇਟੀਆਂ ਬਣਾਈਆਂ। ਹਾਂਜੀ ਯਾਰ, ਅਸੀਂ ਵੱਸਦੇ ਸਾਈਏ ਚੰਗੇ ਰਹਾਂਗੇ, ਅਤੇ ਵੱਸਦੇ ਅੱਗੇ ਹੀ ਵੱਸਦੇ ਰਹੇ ਸਾਂ ਅਸੀਂ ਹੁਣ ਵੀ, ਅਤੇ ਇਕੱਠੇ ਹੋ ਜਾਈਏ ਇੱਕ ਥਾਂ। ਠੀਕ ਹੈ। ਅਤੇ
ਆਪਣਾ ਪਿੰਡ ਸਾਡਾ ਤਬਾਹ ਨਾ ਹੋਵੇ, ਸਾਡੇ ਘਰ ਮਰੀਆ ਨਾ ਇੱਕ ਦੂਜਾ, ਤੇ ਆਰਾਮ ਨਾਲ ਰਹੀਏ ਅਸੀਂ। ਅਮਨ ਕਮੇਟੀਆਂ ਬਣਾਈਆਂ ਇਹਨਾਂ ਨੇ, ਮੁੜ ਕੇ ਬਾਅਦ ਚ ਅਮਨ ਕਮੇਟੀ ਵੀ ਰਹੀਆਂ ਟੁੱਟ ਗਏ। ਸਾਨੂੰ ਮਨਜ਼ੂਰ ਦੇ ਕੁਝ ਹੋਣਾ ਸੀ, ਹੋਣਾ ਸੀ ਤੇ ਵੰਡ ਹੋਣੀ ਸੀ। ਹਾਂਜੀ ਬਿਲਕੁਲ, ਕਿਉਂ ਵੰਡ ਹੋਣੀ ਬਹੁਤ ਜ਼ਰੂਰੀ ਸੀ। ਹਾਂਜੀ ਤੁਸੀਂ ਇਹ ਗੱਲ ਦੱਸੋ, ਖੁਸ਼ੀ ਜਾ ਜਾਂ ਨਾ ਹੋਣਾ ਬਿਲਕੁਲ। ਹਾਂਜੀ ਇਹ ਗੱਲ ਦੱਸੋ ਵੀ ਉਹ ਜਿਹੜੇ ਹਨ ਡੰਗਰ ਚਾਰਦਿਆਂ ਦੀ ਗੱਲ ਅੱਗੇ ਸੁਣਾਉਂਦੇ ਹੋ ਮੈਨੂੰ ਤੁਸੀਂ? ਆਹੋ ਡੰਗਰ ਚਾਰਦੇ ਸਿੱਖਾਂ ਦੇ ਨਾਲ ਤੇ ਵੱਡੇ ਵੀ ਸਿਆਣੇ ਹੁੰਦੇ ਹਨ। ਮੈਂ ਉਹਨੂੰ ਪੁੱਛਣਾ ਵੀ ਚਾਚਾ ਆਹਦੇ ਨੇ ਸਿੱਖਾਂ ਮੁਸਲਮਾਨਾਂ ਅਲੱਗ ਅਲੱਗ ਹੋ ਜਾਣਾ ਤੇ ਨਿਆਣਾ ਨਹੀਂ ਪੁੱਤਰਾ ਆਹਾਂ ਕਿੱਥੇ ਅਲੱਗ ਅਲੱਗ ਹੋਣਾ? ਅਸੀਂ ਹਜ਼ਾਰਾਂ ਸਾਲ ਤੋਂ ਇਕੱਠੇ ਹਾਂ, ਅਸੀਂ ਛੱਡ ਸਕਦੇ ਹਾਂ ਕਿਸੇ ਦੂਜੇ ਨੂੰ? ਤੇ ਜਦੋਂ ਵਕਤ ਆਇਆ ਉਦੋਂ ਅੱਗੇ ਨੇ ਪੁੱਛਿਆ ਹੀ ਨਹੀਂ, ਇੱਕ ਦੂਜੇ ਦਾ ਦੁਸ਼ਮਣ ਹੋ ਗਿਆ। ਅੰਗਰੇਜ਼ ਦੀ ਚਾਲ ਸੀ। ਹਾਂ ਜੀ ਬਿਲਕੁਲ ਅੰਗਰੇਜ਼ ਦੀ। ਅੱਛਾ ਉਹ ਜਿਹੜੇ ਮਤਲਬ ਜੈਲਦਾਰ ਸੀ ਤੇ ਉਹਦੇ ਕੋਈ ਕਰੀਬੀ ਉਹਦੀ ਔਲਾਦ ਜਾਂ ਉਹਦੇ ਅੱਬੇ ਦਾਦੇ ਦਾ ਕੋਈ ਨਾਂ ਯਾਦ ਹੈ ਤੈਨੂੰ? ਜੈਲਦਾਰ ਦਾ ਦਾਦਾ ਸੀ ਜਿਹੜਾ, ਉਹਦੇ ਨਾਂ ਸੀ ਬਾਬਾ ਮੂਲਾ ਸਿੰਘ ਜੀ। ਬਾਬਾ ਬਹੁਤ ਹੀ ਅੱਛਾ ਬੰਦਾ ਸੀ, ਇੰਨਾ ਅੱਛਾ ਬੰਦਾ ਸੀ ਜਿਹਦਾ ਕੋਈ ਲੇਖਾ। ਠੀਕ ਹੈ। ਦਾਦਾ ਦੇਖੋ ਜਿਹਾ ਸੀ, ਜਦੋਂ ਜਸਾ ਪਿਆ ਤਾਂ ਸਾਡੇ ਪਿੰਡ ਆ ਕੇ ਤੇ ਲੱਗੇ ਨੇ ਮਾਰਨ ਨੂੰ ਤੇ ਆਖਣ ਲੱਗਾ ਯਾਰ ਮੈਨੂੰ ਨਾ ਮਾਰਿਓ ਮੈਂ ਮੁਸਲਮਾਨ। ਮੂਲਾ ਸਿੰਘ ਕਹਿਣ ਲੱਗਾ, ਬਾਬਾ ਮੂਲਾ ਸਿੰਘ ਕਹਿਣ ਲੱਗਾ, ਬੁੱਢਾ ਹੋਇਆ ਤਾਂ ਮੈਥੋਂ ਜੀਵਨ ਦੇ ਗੁਰੂ ਜੈਲਦਾਰ ਹੁਣੀ ਫਿਰ ਤੁਹਾਡੇ ਵਹਿੰਦਿਆਂ ਵਹਿੰਦਾ ਚਲੇ ਗਏ ਜਦੋਂ ਗਜ਼ਲ ਪਿਆ ਕੇ ਜਾਂ ਕੀ ਹਿਸਾਬ ਕਿਤਾਬ ਹੋਇਆ? ਦਸਾਂ ਪਿਆ ਸੀ। ਹਾਂਜੀ ਜੈਲਦਾਰ ਨਹੀਂ ਗਿਆ ਕਿਤੇ ਵੀ ਲਾਂਦੇ, ਬਾਲ ਬੱਚਾ ਵੀ ਉਹਦਾ ਇੱਥੇ ਜੀ, ਇੱਥੇ ਜਾਂਦੇ ਲੋਕ ਪਾਉਂਦੇ ਸਾਰੇ ਹੀ ਇੱਥੇ ਮੋਗੇ। ਭਰਾ ਉਹਦੇ ਨਿਕਲ ਗਏ, ਕੀ ਨਾਂ ਸੀ? ਰਘਬੀਰ ਸਿੰਘ। ਰਘਬੀਰ ਸਿੰਘ, ਠੀਕ ਹੈ। ਇਹਦਾ ਮਤਲਬ ਬੰਦਾ ਅੱਛਾ ਸੀ। ਉਹ ਵੀ ਗੱਲ ਸੁਣਾਓ ਹਾਂ ਜਿਹੜਾ ਤੁਸੀਂ ਕਹਿਣ ਡੇ ਹੋ ਕਿ ਪਿੰਡ ਵਾਲਿਆਂ ਨੂੰ ਕਹਿੰਦਾ ਸੀ ਜਾਣਾ ਕਿਤੇ ਨਹੀਂ ਜਿੰਨੀ ਦੇਰ ਤੱਕ ਮੋਢਿਆਂ ਤੇ ਧੋਣਾ, ਇਹ ਗੱਲ ਜਿਹੜੀ। ਹਾਂ ਉਹ ਆਂਦਾ ਸਾਡੀਆਂ ਮਾਵਾਂ ਨੇ ਪੁੱਛਣਾ। ਹਾਂਜੀ ਪੁੱਤਰ ਅਸੀਂ ਇਹ ਲੋਕੀ ਆਂਦੇ ਨੇ ਤੇ ਉਹਨਾਂ ਨੇ ਆਖਣਾ ਚਾਚੀ ਜੀ ਜਿੰਨਾ ਚਿਰ ਮੇਰੇ ਮੋਢਿਆਂ ਤੇ ਧੋਣਿਆ ਨਾ, ਅੱਛਾ ਜੀ, ਮੇਰੇ ਪਿੰਡ ਚੋਂ ਜਿੰਨਾ ਸਿੱਖ ਲੰਘੇਗਾ ਤੇ ਨਾ ਕੋਈ ਮੁਸਲਮਾਨ ਲੰਘੇਗਾ, ਨਾ ਕਿਸੇ ਜ਼ਰੂਰਤ ਹੋਵੇ ਨਹੀਂ ਲੰਘਣ ਦੇ ਕਾਰਨ। ਜ਼ਿਆਦਾਤਰ ਨੇ ਆਖਿਆ ਜਿੰਨੀ ਦੇਰ ਤੱਕ ਮੇਰੇ ਮੋਢਿਆਂ ਤੇ ਧੋਣਾ ਤੇ ਨਾ ਕੋਈ ਸਿੱਖ ਲੰਘੇਗਾ ਪਿੰਡ ਚੋਂ ਦੀ ਨਾ ਕੋਈ ਮੁਸਲਮਾਨ। ਉਹਨੇ ਪੂਰਾ ਬਣ ਕੇ ਨਾਲ ਠੀਕ ਭਾਜ ਕਰਾਂਗਾ ਪਿੰਡ ਦੀ ਹਫਾਜ਼ਤ ਕਰਾਂਗਾ ਵੀ ਕਰਦੀ ਹੈ ਬਾਤ। ਹੋਰ ਕੋਈ ਗੱਲਬਾਤ ਯਾਦ ਹੈ ਉਹ ਵੀ ਸੁਣਾਓ। ਹਾਂ ਸਟੋਰੀ ਹੋਈ ਉਸ ਵਕਤ ਦੀ, ਅਸੀਂ ਹਾਰਡ ਦੇ ਵਿੱਚ ਇੱਥੇ ਇਕੱਠੀ ਹੋਈ ਸੀ ਕਲਕੱਤ ਬੜੀ, ਬਹੁਤ ਜ਼ਿਆਦਾ ਕਲਕੱਤ ਹੋਈ ਕਰ ਰਿਹਾ, ਇੱਥੋਂ ਦੇ ਨਾਰੇ ਜਨਕਾਰੇ ਸਿੱਖ ਮਾਰ ਤੇ ਬਾਹਰ ਡਿਗਰੀ ਜਾਂਦੇ ਆ ਤੇ ਸਾਡੇ ਪਿੰਡ ਦੇ ਚੰਦ ਘਰ ਸਨ ਤਾਂ ਇਹਨਾਂ ਦੇ ਘਰ ਸਨ ਸਾਡਾ ਹੀ ਜਨਕਾਰ ਬਾਕੀ ਸਿੱਖ ਜਾਣ ਉੱਠਦੇ ਹੀ ਬੈਠੇ ਤੇ ਤਾਂ ਉਹ ਇੱਥੋਂ ਦੇ ਲੰਘ ਵੀ ਜਾਂਦੇ, ਉਹਨਾਂ ਕਿਸੇ ਬੰਦੇ ਵੱਲ ਨਹੀਂ ਵੇਖਿਆ। ਠੀਕ ਹੈ ਇਹ ਗੱਲ ਸਾਨੂੰ ਦੱਸਿਆ ਵੀ ਅਸੀਂ ਉੱਥੇ ਡੰਗਰ ਚਾਰਦੇ ਹਾਂ ਤੇ ਮੇਰੀ ਭੈਣ ਸਾਨੂੰ ਲੈਣ ਗਈ ਬਾਬਾ ਜੀ। ਇਹ ਗੱਲ ਸਿੱਖਾਂ ਵਿੱਚ ਬਿਲਕੁਲ ਬਿਲਕੁਲ ਸਹੀ ਗੱਲ, ਸ਼ਰਮ ਹੀ ਆ ਸੀ ਲੋਕਾਂ ਦੀ ਮਗਰੋਂ ਲੱਥੀ। ਠੀਕ ਹੈ ਇਹ ਗੱਲ ਦੱਸੋ ਮਤਲਬ ਜਿੱਥੇ ਜਿੱਥੇ ਘਰ ਨੇ ਸਿੱਖਾਂ ਦੇ ਤੁਹਾਨੂੰ ਨਿਸ਼ਾਨੀ ਯਾਦ ਹੈ ਕਿ ਇੱਥੇ ਇੱਥੇ ਫਲਾਣੇ ਫਲਾਣੇ ਦਾ ਘਰ ਸੀ? ਹਾਂ ਬਿਲਕੁਲ
ਬੜੀ ਗੱਲ ਹੈ ਜੀ, ਬੜੀ ਗੱਲ ਹੈ, ਸਹੀ ਗੱਲ। ਆ ਜਾਇਦਾਦ ਦਾ ਘਰ ਸੀ, ਪਰੇ ਲਾਗੇ ਉਹਦਾ, ਉਹਨਾਂ ਦੇ ਚਾਚੇ ਦਾ ਭਤੀਜੇ ਉਹਦੇ ਦਾ ਘਰ ਸੀ ਲਾਗੇ, ਚਾਚਾ ਸੀ ਉਹਦਾ ਭਰਾ ਸੀ ਜਾਇਦਾਦ ਦਾ, ਉਹੀ ਚਾਚਾ ਹੀ ਲੱਗਦਾ ਸੀ, ਇਹੀ ਘਰ ਸੀ ਉਹਨਾਂ ਦਾ। ਅਭੀ ਅੱਗੇ ਆਹਦਾ ਉਹਨਾਂ ਦਾ ਹੱਥ ਸੀ, ਉਹਨਾਂ ਦਾ ਇੱਥੇ ਦਾ ਸੀ ਉਹਦੇ ਚਾਚੇ ਦਾ, ਉਹ ਪਰੇ ਸਨ ਜਿਹੜੇ ਤਾਰਾ ਸਿੰਘ ਅਤੇ ਦੂਸਰੇ ਤੀਸਰੇ ਉਹਨਾਂ ਦੇ ਆਬਾਦੀ ਦੇ ਗੱਜੇ ਸਨ ਉਹ, ਉਹਨਾਂ ਵਿੱਚੋਂ ਹੁਣ ਅੱਗੇ ਘਰ ਸਨ ਉਹਨਾਂ ਦਾ ਧਰਮ ਸਿੰਘ ਆ, ਉਹ ਵੀ ਇਹਨਾਂ ਵਿੱਚੋਂ ਹੁਣ ਠੀਕ ਹੈ, ਸਾਰੇ ਇੱਕੋ ਹੀ ਸਨ। ਇਸ ਪਿੰਡ ਦੇ ਵਿੱਚ ਗੁਰਦੁਆਰੇ ਹੁੰਦੇ ਹਨ ਬਾਬਾ ਜੀ? ਉਸ ਗੁਰਦੁਆਰਾ ਇੱਕੋ ਹੀ ਸੀ, ਉਹ ਸੀ ਠੀਕ ਹੈ, ਇੱਕੋ ਹੀ ਸੀ ਇੱਕੋ, ਅਤੇ ਹੈ ਕਿ ਨਹੀਂ ਖਤਮ ਹੋ ਗਏ? ਤੇ ਹਿੰਦੂਆਂ ਦਾ ਕੋਈ ਮੰਦਿਰ ਉਹ ਕਿੱਥੇ ਆਪਣੀ ਮੰਦਾ ਪੂਜਾ ਕਰਦੇ ਹਨ? ਦੇਵੀ ਮਾਤਾ ਬਣਾਈ ਹੁੰਦੀ ਆ ਉੱਥੇ, ਸਿੱਖ ਵੀ ਆਉਂਦੇ ਨੇ ਸਾਡਾ, ਹਿੰਦੂ ਆਉਂਦੇ ਨੇ ਸਾਡਾ, ਜੈਲਦਾਰ ਦੀ ਗੱਲ ਸੁਣਾਓ, ਜਿਹੜੀ ਕੋਈ ਗੋਲੀ ਲੱਗੀ ਤੁਸੀਂ ਦੱਸ ਦਿਓ ਉਹਨੂੰ। ਹਾਂ ਜੈਲਦਾਰ ਦੀ ਜੈਲਦਾਰ ਜਦੋਂ ਦਸਾਂ ਪਿਆ ਨਾ ਸਾਡੇ ਪਿੰਡ ਡਾਬੀਆ ਗੋਲੀ ਚੱਲਣਾ, ਹਾਂਜੀ ਉਹ ਵੀ ਉਹਦੇ ਕੋਲ ਵੀ ਰੱਖ ਲੈਂਦੀ ਜੈਲਦਾਰ ਕੋਲ ਵੀ, ਗੋਲੀ ਚਲਾਉਂਦਾ ਸੀ ਜੈਲਦਾਰ, ਠੀਕ ਹੈ, ਤੇ ਰੱਖ ਲੈ ਕੱਚੀ ਸੀ ਉਹਦੇ ਕੋਲ, ਠੀਕ ਹੈ ਸਫਾਈ ਸੀ ਪੁਲਿਸ ਦਾ ਆਰਮੀ ਦਾ, ਘਰ ਛੁੱਟੀ ਆ ਇੱਕੋ ਵਾਰੀ ਮਾਰ ਦੋ ਉੱਡ ਗਿਆ ਜਹਾਜ਼ਾ, ਉੱਥੇ ਵੱਜੇ ਮੱਥੇ ਤੇ ਉਹਦੇ ਗੋਲੀ, ਜਹਾਜ਼ਾ ਤੇ ਲੱਗ ਗਈ ਗੋਲੀ, ਲੱਗੀ ਮੱਥੇ ਉਲਟ ਕੇ ਪੈ ਗਿਆ ਉੱਥੇ, ਉਹਨਾਂ ਨੇ ਬੰਦੇ ਚੜ੍ਹ ਕੇ ਮਾਰਦੇ ਛਾਲਾਂ ਉੱਪਰ ਵੀ ਬੈਠ ਗਏ ਨੇ, ਉਧਰ ਕਿਹੜਾ ਸੀ ਪਿੰਡ ਆਪਣਾ? ਰੂੜਾ ਸੀ, ਪਿੰਡ ਰੂੜਾ, ਰੂੜਾ ਰੂੜਾ ਇਹ ਲਾਗੇ ਲਾਗੇ ਪਿੰਡ, ਠੀਕ ਹੈ। ਤੇ ਬਾਬਾ ਜੀ ਵੰਡ ਵੇਲਿਆਂ ਤੋਂ ਪਹਿਲਾਂ ਇਹਦਾ ਤਹਿਸੀਲ ਜ਼ਿਲ੍ਹਾ ਕੀ ਸੀ? ਸਾਡਾ ਤਹਿਸੀਲ ਸੀ ਛਿਕੜਗੜ੍ਹ, ਤੇ ਜ਼ਿਲ੍ਹਾ ਸਾਡਾ ਗੁਰਦਾਸਪੁਰ, ਜ਼ਿਲ੍ਹਾ ਗੁਰਦਾਸਪੁਰ। 47 ਵਿੱਚ ਤਹਿਸੀਲ ਇੱਧਰ ਆ ਗਈ ਪਾਕਿਸਤਾਨ ਆ ਗਈ, ਜ਼ਿਲ੍ਹਾ ਗੁਰਦਾਸਪੁਰ, ਠੀਕ ਹੈ ਸਹੀ। ਅੱਛਾ ਖੂਹ ਵੀ ਹੁੰਦੇ ਹਨ ਬੜੇ? ਇੱਕ ਜੀ ਮੈਂ ਤੁਹਾਨੂੰ ਦੱਸਦਾ ਗੱਲ, ਵਕਤ ਦੀ ਇਨਸਾਨ ਦੀ ਇਨਸਾਨੀਅਤ ਹੁੰਦਾ ਹੈ, ਇੱਥੇ ਮੈਂ ਬਾਹਰ ਆਏ ਅਸੀਂ ਚੌਥੇ ਪੰਜਵੇਂ ਦਿਨ ਆਏ ਹਾਂ ਇੱਥੇ ਪਿੰਡ ਆਪਣੇ, ਤੇ ਮੈਂ ਵੀ ਪਹਿਲਾਂ ਬੱਚਾ ਸਾਂ ਮੈਂ, ਤੇ ਇੱਕ ਸਾਡਾ ਗੱਡਾ ਸੀ ਇੱਥੇ ਪਿਆ ਦਾ, ਉਹਦੇ ਥੱਲੇ ਸਿੱਖ ਪੂਰੀ ਤਰ੍ਹਾਂ ਸੱਟਾਂ ਲੱਗੀਆਂ ਨੇ, ਪਹਾੜਾਂ ਪੱਟੀਆਂ ਮਾਰ ਮਾਰ ਸੁਣਿਆ, ਤੇ ਉਹ ਮੈਨੂੰ ਆਉਂਦਾ ਉਹ ਪੁੱਤਰ ਮੈਨੂੰ ਖਿਦਾ ਵਾਸਤੇ ਪਾਣੀ ਪਿਆ, ਪਤਾ ਨੀ ਇਸ ਗੁਨਾਹ ਵਾ ਮੈਨੂੰ ਜਾਂ ਸਵਾਦ ਹੈ ਜਾਂ ਕੀ ਗੱਲ ਹੈ, ਪਾਣੀ 'ਚ ਮੰਗਿਆ ਉਹਨੇ ਪਾਣੀ, ਮੈਂ ਨੱਠਾ ਗਿਆ, ਮੈਂ ਆਪਣੇ ਘਰੋਂ ਜਾ ਕੇ ਨਾ ਗਲਾਸ ਇੱਕ ਭਰ ਕੇ ਨਾ ਪਾਣੀ ਦਾ ਵੱਡਾ ਘੜੇ ਜਿਹੜੇ ਨਾ ਘੜੇ ਆਈ ਕੋਈ, ਉਹ ਪਾਣੀ ਲਿਆ ਕੇ ਦਿੱਤਾ ਤੇ ਆਉਂਦਾ ਉਹ ਪੁੱਤਰ ਇੱਕ ਹੋਰ ਤੇ ਮੇਰਾ ਭਰਾ ਵੱਡਾ ਉਹਦੇ ਪੈ ਗਿਆ, ਮੈਂ ਭੈਣ ਚੋਦਾ ਕੁਛ ਮੇਰੇ ਦਿਮਾਗ
ਤੇ ਮੈਨੂੰ ਆਂਦਾ ਵੀ ਰੋਟੀ ਪੱਕੀ ਆ, ਰੋਟੀ ਵੀ ਲਿਆ। ਕਿੱਥੋਂ ਦਾ ਸੀ ਉਹ? ਕੌਣ? ਸਿੱਖ? ਕੀ ਪਤਾ ਕਿੱਥੋਂ ਆਉਂਦਾ ਸੀ ਕਦੇ। ਪੁਲੀ ਥੱਲੇ ਲੰਮੇ ਪਿਆ ਸੀ, ਡਰਦਾ ਤਾਂ ਠਾ। ਜਦੋਂ ਭੌਂ ਕੇ ਆਇਆ ਨਾ ਮੈਂ ਇੱਥੇ, ਤੇ ਪਾਣੀ ਪੂਣੀ ਲੈ ਕੇ ਗੇਤਲਾ ਜੀ, ਰੋਟੀ ਵੀ ਆਉਂਦੀ ਗੇਤਲਾ ਮਾਰ। ਜਦੋਂ ਤੁਸੀਂ ਰੋਟੀ ਲੈ ਗਏ ਤੇ ਆਂਦੇ ਨੂੰ ਚੜਾਈ ਕਰ ਗਿਆ। ਸਹੀ ਹੈ। ਲਓ ਜੀ ਦੋਸਤੋ, ਇਸ ਤਰ੍ਹਾਂ ਦੀ ਸਟੋਰੀਆਂ 47 ਵੰਡ ਵੇਲੇ ਤੋਂ ਪਹਿਲਾਂ ਦੀਆਂ ਜਿਹੜੀਆਂ ਉਹ ਕੈਮਰੇ ਦੀ ਅੱਖ 'ਚ ਮਹਿਫੂਜ਼ ਕਰਕੇ ਤੁਹਾਡੇ ਰੂਬਰੂ ਕਰੀਦੀਆਂ। ਤਹਿਸੀਲ ਛਗੜਗੜ੍ਹ, ਜ਼ਿਲ੍ਹਾ ਨਾਰਵਲ, ਪਿੰਡ ਮੱਧੋਗੋਲ। ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਤਾਂ ਕਿ ਜਿਹੜੇ ਸਿੱਖ ਸਰਦਾਰ, ਹਿੰਦੂ, ਖੱਤਰੀ ਮਤਲਬ ਆਪਣਾ ਪਿੰਡ ਛੱਡ ਕੇ ਗਏ ਉਹ ਵੇਖ ਸਕਣ। ਵੀਡੀਓ ਅੱਛੀ ਲੱਗੇ ਚੈਨਲ ਨੂੰ ਸ਼ੇਅਰ, ਲਾਈਕ ਔਰ ਸਬਸਕ੍ਰਾਈਬ ਕਰ ਦੇਣਾ। ਅੱਲਾ ਹਾਫਿਜ਼।